ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਅੰਮ੍ਰਿਤਪਾਲ ਸਿੰਘ ਦਾ ਚੋਣ ਨਿਸ਼ਾਨ ਐਲਾਨਿਆ ਗਿਆ ਹੈ। ਜੀ ਹਾਂ, ਚੋਣ ਨਿਸ਼ਾਨ ਅੰਮ੍ਰਿਤਪਾਲ ਸਿੰਘ ਨੂੰ ਮਿਲਿਆ ਹੈ ਚੋਣ ਕਮਿਸ਼ਨ ਦੇ ਵੱਲੋਂ ਮਾਈਕ। ਜੀ ਹਾਂ, ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਫੇਸਬੁੱਕ ਅਕਾਊਂਟ ਦੇ ਉੱਤੋਂ। ਤੁਹਾਨੂੰ ਦੱਸ ਦਈਏ ਕਿ ਜਿਹੜੇ ਵਾਰਿਸ ਪੰਜਾਬ ਦਾ ਅਕਾਊਂਟ ਹੈ ਉਹਦੇ ਤੋਂ ਇਹ ਪੋਸਟਰ ਰਿਲੀਜ਼ ਕੀਤਾ ਗਿਆ ਹੈ, ਜਿਸ ਦੇ ਵਿੱਚ ਦੱਸਿਆ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਚੋਣ ਨਿਸ਼ਾਨ ਇਹ ਮਾਈਕ ਹੋਵੇਗਾ। ਇਹਨਾਂ ਨੇ ਲਿਖਿਆ ਪੋਸਟਰ 'ਤੇ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਥ ਦੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਖਾਲਸਾ, ਇਸ ਮਾਈਕ 'ਚੋਂ ਨਿਕਲੀ ਆਵਾਜ਼ ਪੰਥ ਪੰਜਾਬ ਦੀ ਆਵਾਜ਼ ਬਣ ਅਸਮਾਨਾਂ 'ਤੇ ਗੂੰਜੇਗੀ। ਇਹ ਮਾਈਕ ਹਰ ਮਜ਼ਲੂਮ 'ਤੇ ਨਿਮਾਣੇ ਦੀ ਆਵਾਜ਼ ਬਣੂ। ਇਹ ਮਾਈਕ ਪੰਥ ਪੰਜਾਬ ਦੇ ਹਰ ਹਮਦਰਦ ਦੇ ਮਸਲਿਆਂ ਅਤੇ ਹੋਂਦ ਦੀ ਨੁਮਾਇੰਦਗੀ ਕਰੂ। ਇਹ ਮਾਈਕ ਨਸ਼ਿਆਂ 'ਚ ਗਰਕੀ ਅਤੇ ਪੰਜਾਬ ਤੋਂ ਮੋਹ ਭੰਗ ਕਰ ਵਿਦੇਸ਼ਾਂ ਨੂੰ ਭੱਜਦੀ ਨੌਜਵਾਨੀ ਨੂੰ ਨਰੋਈ ਜ਼ਿੰਦਗੀ ਦੇ ਰਾਹ ਪਾਉਣ ਦਾ ਹੋਕਾ ਦੇਵੇਗਾ। ਇਹ ਸਭ ਕੁਛ ਇਹਨਾਂ ਨੇ ਆਪਣੇ ਪੋਸਟਰ ਦੇ ਵਿੱਚ ਲਿਖਿਆ ਹੈ, ਨਾਲ ਅੰਮ੍ਰਿਤਪਾਲ ਸਿੰਘ ਦੀ ਫੋਟੋ ਲੱਗੀ ਹੈ ਅਤੇ ਉਹਨਾਂ ਨੇ ਲਿਖਿਆ ਹੈ ਕਿ ਇਹ ਸਾਦੀ ਹੋਂਦ ਦੀ ਲੜਾਈ ਹੈ। ਤਾਂ ਮਾਈਕ ਜਿਹੜਾ ਹੈ ਉਹ ਚੋਣ ਨਿਸ਼ਾਨ ਮਿਲਿਆ ਹੈ ਅੰਮ੍ਰਿਤਪਾਲ ਸਿੰਘ ਨੂੰ। ਤਾਂ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਨੇ। ਤਾਂ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਨੇ ਆਪਣੇ ਆਪ ਨੂੰ ਉਮੀਦਵਾਰ ਐਲਾਨਿਆ ਸੀ, ਆਜ਼ਾਦ ਉਮੀਦਵਾਰ ਐਲਾਨਿਆ ਸੀ, ਜਿਸ ਤੋਂ ਬਾਅਦ ਅੱਜ ਉਹਨਾਂ ਨੂੰ ਉਹਨਾਂ ਦਾ ਚੋਣ ਨਿਸ਼ਾਨ ਮਿਲ ਗਿਆ ਹੈ ਜਿਹੜਾ ਮਾਈਕ ਹੈ। ਤਾਂ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋ ਕਿ ਕੌਣ ਬਣੇਗਾ ਖਡੂਰ ਸਾਹਿਬ ਦਾ MP। ਤੁਹਾਡੇ ਇਕੱਲੇ ਇਕੱਲੇ ਕਮੈਂਟ ਪੜਾਂਗੇ, ਤਾਂ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋ। ਤੁਹਾਨੂੰ ਦੱਸ ਦਿੰਦੇ ਹਾਂ ਖਡੂਰ ਸਾਹਿਬ ਤੋਂ ਕੌਣ ਕੌਣ ਉਮੀਦਵਾਰ ਹਨ, ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਅਤੇ ਅਕਾਲੀ ਦਲ ਦੇ ਵੱਲੋਂ ਵਿਰਸਾ ਸਿੰਘ ਵਲਟੋਹਾ, ਆਮ ਆਦਮੀ ਪਾਰਟੀ ਦੇ ਵੱਲੋਂ ਲਾਲਜੀਤ ਭੁੱਲਰ ਜੋ ਕਿ ਬਤੌਰ ਮੰਤਰੀ ਨੇ ਇਸ ਵੇਲੇ, ਅਤੇ ਕਾਂਗਰਸ ਦੇ ਵੱਲੋਂ ਕੁਲਬੀਰ ਜ਼ੀਰਾ। ਇਹ ਚਾਰ ਨਾਮ ਵੱਡੇ ਉੱਥੋਂ ਇਹ ਸਾਹਮਣੇ ਆ ਰਹੇ ਨੇ। ਇਹਨਾਂ ਦੇ ਵਿੱਚੋਂ ਕਿਸ ਨੂੰ ਦੇਖਣਾ ਚਾਹੋਗੇ ਤੁਸੀਂ ਖਡੂਰ ਸਾਹਿਬ ਦਾ ਅਗਲਾ MP? ਕਿਉਂਕਿ ਸੀਟ ਬੇਹੱਦ ਖਾਸ ਹੈ, ਖਡੂਰ ਸਾਹਿਬ ਦੀ ਸੀਟ ਬੇਹੱਦ ਖਾਸ ਹੈ, ਕਿਉਂਕਿ ਖਡੂਰ ਸਾਹਿਬ ਦਾ ਜਿਹੜਾ ਇਲਾਕਾ ਆਉਂਦਾ ਹੈ, ਜਿਹੜਾ ਏਰੀਆ ਵਾਈਜ਼ ਗੱਲ ਕਰੀਏ ਤਾਂ ਮਾਲਵਾ, ਮਾਝਾ, ਦੁਆਬਾ ਤਿੰਨੇ ਬਾਰਡਰ ਲੱਗਦੇ ਨੇ ਖਡੂਰ ਸਾਹਿਬ ਨੂੰ। ਤਾਂ ਤਿੰਨੇ ਜਿਹੜੇ ਇਲਾਕੇ ਨੇ ਉਹਨਾਂ ਦੇ ਲੋਕ ਵੋਟ ਪਾਉਂਦੇ ਨੇ ਖਡੂਰ ਸਾਹਿਬ ਦੀ ਸੀਟ 'ਤੇ। ਤਾਂ ਵੱਡੀ ਖਬਰ ਹੈ, ਚੋਣ ਨਿਸ਼ਾਨ ਮਾਈਕ ਮਿਲਿਆ ਅੰਮ੍ਰਿਤਪਾਲ ਸਿੰਘ ਨੂੰ। ਕੀ ਤੁਸੀਂ ਅੰਮ੍ਰਿਤਪਾਲ ਸਿੰਘ ਨੂੰ MP ਵੇਖਣਾ ਚਾਹੁੰਦੇ ਹੋ ਅਗਲਾ ਖਡੂਰ ਸਾਹਿਬ ਦਾ, ਤਾਂ ਕਮੈਂਟ ਕਰਕੇ ਦੱਸੋ। ਜਾਂ ਕੋਈ ਹੋਰ ਤੁਹਾਨੂੰ ਉੱਥੇ ਦਾ ਉਮੀਦਵਾਰ ਪਸੰਦ ਹੈ ਤਾਂ ਜ਼ਰੂਰ ਕਮੈਂਟ ਕਰੋ। ਤਾਂ ਫੇਸਬੁੱਕ ਪੋਸਟ ਪਾ ਕੇ ਇਹ ਪੋਸਟਰ ਜਾਰੀ ਕੀਤਾ ਗਿਆ ਹੈ। ਦੁਬਾਰਾ ਦੱਸ ਦਿੰਦੇ ਹਾਂ ਵਿੱਚ ਕੀ ਲਿਖਿਆ ਹੈ। ਇਹਨਾਂ ਨੇ ਲਿਖਿਆ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਥ ਦੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾ ਕੇ ਕਾਲੇ ਪਾਣੇ ਤੋਂ ਵਾਪਸ ਲਿਆਈਏ। ਯਾਨੀ ਕਿ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਅਸਾਮ ਡਿਬਰੂਗੜ੍ਹ ਜੇਲ੍ਹ ਦਾ, ਅਤੇ ਨਾਲ ਹੀ ਲਿਖਿਆ ਹੈ ਇਸ ਮਾਈਕ 'ਚੋਂ ਨਿਕਲੀ ਆਵਾਜ਼ ਪੰਥ ਪੰਜਾਬ ਦੀ ਆਵਾਜ਼ ਬਣ ਅਸਮਾਨਾਂ 'ਤੇ ਗੂੰਜੇਗੀ। ਇਹ ਮਾਈਕ ਹਰ ਮਜ਼ਲੂਮ 'ਤੇ ਨਿਮਾਣੇ ਦੀ ਆਵਾਜ਼ ਬਣੂ। ਇਹ ਮਾਈਕ ਪੰਥ ਪੰਜਾਬ ਦੇ ਹਰ ਹਮਦਰਦ ਅਤੇ ਮਸਲਿਆਂ ਦੀ ਹੋਂਦ ਦੀ ਨੁਮਾਇੰਦਗੀ ਕਰੂ। ਇਹ ਮਾਈਕ ਨਸ਼ਿਆਂ 'ਚ ਗਰਕੀ ਅਤੇ ਪੰਜਾਬ ਤੋਂ ਮੋਹ ਭੰਗ ਕਰ ਵਿਦੇਸ਼ਾਂ ਨੂੰ ਭੱਜਦੀ ਨੌਜਵਾਨੀ ਨੂੰ ਨਰੋਈ ਜ਼ਿੰਦਗੀ ਦੇ ਰਾਹ ਪਾਉਣ ਦਾ ਹੋਕਾ ਦੇਵੇਗਾ। ਤਾਂ ਵੱਡੀ ਖਬਰ ਹੈ, ਅੰਮ੍ਰਿਤਪਾਲ ਸਿੰਘ ਦੇ ਵੱਲੋਂ ਚੋਣ ਨਿਸ਼ਾਨ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ, ਉਹਨਾਂ ਨੂੰ ਚੋਣ ਨਿਸ਼ਾਨ ਜਿਹੜਾ ਮਿਲਿਆ ਹੈ ਉਹ ਹੈ ਮਾਈਕ।